ਜੰਡਿਆਲਾ ਵਿੱਚ ਪੁਲਿਸ ਤੇ ਗੈਂਗਸਟਰ ਦੇ ਦਰਮਿਆਨ ਜਿਹੜਾ ਮੁਕਾਬਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਤਾਂ ਇਸ ਸਮੇਂ ਅਸੀਂ ਜੰਡਿਆਲਾ ਦੇ ਵਿੱਚ ਧਾਰੜ ਵਾਲੀ ਉਸ ਨਹਿਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਪੁਲਿਸ ਵੱਲੋਂ ਮੁਕਾਬਲਾ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਗੈਂਗਸਟਰ ਅਮਰਜੀਤ ਦੇ ਨਾਲ ਜਿਹੜਾ ਹੈਗਾ ਪੁਲਿਸ ਮੁਕਾਬਲਾ ਉੱਥੇ ਹੋਇਆ ਹੈਗਾ ਔਰ ਬਕਾਇਦਾ ਤੌਰ ਦੇ ਉੱਤੇ ਵੱਡੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇੱਥੇ ਦਿਖਾ ਦਈਏ ਪੁਲਿਸ ਅਮਲਾ ਜਿਹੜਾ ਹੈਗਾ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈਗਾ ਔਰ ਇਸ ਤਰਫ ਦੀ ਜੇਕਰ ਗੱਲ ਕਰੇ ਤਾਂ ਇਹੋ ਉਹ ਰਸਤਾ ਹੈਗਾ ਜਿੱਥੇ ਕਿ ਉਸ ਗੈਂਗਸਟਰ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਲਿਆਂਦਾ ਗਿਆ ਜਿਹੜਾ ਹੈਗਾ ਪੁੱਛਗਿੱਛ ਦੇ ਦਰਮਿਆਨ ਕੱਲ੍ਹ ਜਦੋਂ ਗ੍ਰਿਫਤਾਰੀ ਹੋਈ ਸੀਗੀ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਵੱਲੋਂ ਇਸ ਸਪੌਟ ਦੇ ਉੱਤੇ ਜਿਹੜਾ ਹੈਗਾ ਉਸ ਗੈਂਗਸਟਰ ਨੂੰ ਲਿਆਂਦਾ ਜਾਂਦਾ ਹੈਗਾ ਔਰ ਉਸ ਦਰਮਿਆਨ ਹੀ ਪੁੱਛਗਿੱਛ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਇੱਥੇ ਕੀਤੀ ਜਾਂਦੀ ਹੈ ਔਰ ਪੁੱਛਗਿੱਛ ਦੇ ਨਾਲ ਜਿਹੜੀ ਬਰਾਮਦਗੀ ਹੈਗੀ ਹੈ ਜਿਸ ਹੈਰੋਇਨ ਔਰ ਵੈਪਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਉਸ ਸਪੌਟ ਦੀਆਂ ਤਸਵੀਰਾਂ ਨੇ ਜਿੱਥੇ ਦੂਰ ਤੱਕ ਦੀ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਪੁਲਿਸ ਦੀਆਂ ਟੀਮਾਂ ਹਾਲੇ ਵੀ ਉੱਥੇ ਮੌਜੂਦ ਨੇ ਬਕਾਇਦਾ ਤੌਰ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਫਿਲਹਾਲ ਅੱਗੇ ਜਾਣ ਤੋਂ ਜਿਹੜਾ ਹੈਗਾ ਮਨਾਹੀ ਉਹ ਕੀਤੀ ਗਈ ਹੈਗੀ ਹੈ ਤਾਂ ਪੁਲਿਸ ਵੱਲੋਂ ਜਦੋਂ ਇੱਥੇ ਇਸ ਸਪੌਟ ਦੇ ਉੱਤੇ ਉਸ ਗੈਂਗਸਟਰ ਨੂੰ ਲਿਆਂਦਾ ਗਿਆ ਤਾਂ ਇਸ ਦਰਮਿਆਨ ਇਸ ਖਾਸ ਜਿਹੜੀ ਹੈਗੀ ਆ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਪੌਟ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਐਨਕਾਊਂਟਰ ਹੋਇਆ ਜਿੱਥੇ ਕਿ ਉਸ ਗੈਂਗਸਟਰ ਅਮਰਜੀਤ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਹੜੀ SSP ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਇਸ ਘਟਨਾਕ੍ਰਮ ਦੇ ਦਰਮਿਆਨ ਇਸ ਮੁਕਾਬਲੇ ਦਰਮਿਆਨ ਕਹਿ ਸਕਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਔਰ ਬਕਾਇਦਾ ਤੌਰ ਦੇ ਉੱਤੇ ਹੁਣ ਵੀ ਜਿਹੜੀਆਂ ਤਸਵੀਰਾਂ ਨੇ ਉਹ ਉਸ ਸਪੌਟ ਦੀਆਂ ਜੇਕਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਪੁਲਿਸ ਵੱਲੋਂ ਹਾਲੇ ਵੀ ਜਾਂਚ ਪੜਤਾਲ ਜਿਹੜੀ ਹੈਗੀ ਆ ਉਹ ਇੱਥੇ ਕੀਤੀ ਜਾ ਰਹੀ ਹੈ ਨਜ਼ਦੀਕੀ ਜਿਹੜਾ ਏਰੀਆ ਹੈਗਾ ਇਸ ਤਰਫ ਦੀ ਜੇਕਰ ਗੱਲ ਕਰਾਂ ਤਾਂ ਬਿਲਕੁਲ ਜੰਗਲ ਏਰੀਆ ਹੈਗਾ ਇਸ ਤਰਫ ਦਾ ਇੱਕ ਤਰਫ ਜਿੱਥੇ ਨਹਿਰ ਹੈਗੀ ਆ ਉਸ ਦੇ ਨਾਲ ਹੀ ਦੂਸਰੇ ਤਰਫ ਵੀ ਜਿੱਦਾਂ ਕਿ ਅਸੀਂ ਪਹਿਲਾਂ ਜਾਣਕਾਰੀ ਦਿੱਤੀ ਸੀਗੀ ਤਾਂ ਉਸ ਦੇ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਬਿਲਕੁਲ ਇਸ ਤਰਫ ਦੀਆਂ ਤਸਵੀਰਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਤਰਫ ਤੁਸੀਂ ਦੇਖੋ ਕਿ ਬਿਲਕੁਲ ਜੰਗਲ ਏਰੀਆ ਹੈਗਾ ਔਰ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਕੋਈ ਹੋਰ ਵੀ ਕਹਿ ਸਕਦੇ ਹਾਂ ਕਿ ਅਜਿਹਾ ਮੁਲਜ਼ਮ ਜਾਂ ਕੋਈ ਅਜਿਹੀ ਚੀਜ਼ ਜਿਹੜੀ ਹੈਗੀ ਹੈ ਜਿਵੇਂ ਕਿ ਹੁਣ 2 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਹੈਗੀ ਹੈ ਅਜਿਹੀ ਕੋਈ ਚੀਜ਼ ਨਸ਼ੇ ਦੀ ਕੋਈ ਖੇਪ ਜਾਂ ਫਿਰ ਕੋਈ ਵੈਪਨ ਜਿਹੜਾ ਹੈਗਾ ਉਹ ਕੋਈ ਹੋਰ ਨਾਲ ਜਿਹੜਾ ਹੈਗਾ ਇੱਥੇ ਲੁਕੋਇਆ ਗਿਆ ਤਾਂ ਉਸ ਨੂੰ ਲੈ ਕੇ ਪੁਲਿਸ ਜਿਹੜਾ ਹੈਗਾ ਬਕਾਇਦਾ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਤਸਦੀਕ ਕਰ ਰਹੀ ਹੈ ਤਾਂ ਇਹ ਸਪੌਟ ਦੀਆਂ ਉਸ ਸਪੌਟ ਦੀਆਂ ਤਸਵੀਰਾਂ ਨੇ ਜੰਡਿਆਲਾ ਤੋਂ ਜਿਹੜੀਆਂ ਤਸਵੀਰਾਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਾਫੀ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਕ੍ਰਾਈਮ ਨੂੰ ਲੈ ਕੇ ਨਜ਼ਰ ਆ ਰਹੇ ਸਨ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਸੀਗਾ ਇਲਾਕੇ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਅਪਰਾਧਿਕ ਵਾਰਦਾਤਾਂ ਵਧਣ ਨੂੰ ਲੈ ਕੇ ਵੀ ਸੀਗਾ ਲੇਕਿਨ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਲਗਾਤਾਰ ਕਹਿ ਸਕਦੇ ਹਾਂ ਕਿ ਐਨਕਾਊਂਟਰ ਜਿਹੜੇ ਨੇ ਉਹ ਪੰਜਾਬ ਭਰ ਦੇ ਵਿੱਚ ਸਾਹਮਣੇ ਆ ਰਹੇ ਨੇ ਤਾਂ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਖੇਤਰ ਤੋਂ ਜਿਹੜਾ ਹੈਗਾ ਇਹ ਤਸਵੀਰਾਂ ਐਨਕਾਊਂਟਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਜੰਡਿਆਲਾ ਗੁਰੂ।